ਨਾਰੇ ਤਕਬੀਰ, ਅੱਲਾ ਪਿੱਛੇ ਹੀ ਹੁਸੈਨ ਸਾਰਾ ਕੁਛ ਦਿੱਤਾ ਹੈ। ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਹੈਦਰੀ, ਨਾਰੇ ਹੈਦਰੀ। ਜਿਵੇਂ 14 ਲਾਇਕ ਸਲਵਾਤ ਨੇ, ਇਨ 14 ਦੀ ਜ਼ਾਤ 'ਤੇ ਬਾਬਾ ਸੇ ਬੁਲੰਦ ਉੱਚੀ ਸਲਵਾਤ ਪੜ੍ਹੋ। ਅੱਜ ਦਾ ਦਿਨ ਮੰਗਣ ਦਾ ਦਿਨ ਨੇ, ਦੁਆ ਮੰਗੋ ਮੌਲਾ ਬਾਨੀਆਨ ਦੀ 10 ਦਿਨ ਦੀ ਸਫੇ ਅਜ਼ਾ ਵਿਛਾਈ ਕਬੂਲ ਫਰਮਾਵੇ। ਇਲਾਹੀ ਅਮੀਨ ਆਖੋ। ਸਾਦਿਕ ਆਲੇ ਮੁਹੰਮਦ ਫਰਮਾਇੰਦੇ ਨੇ, ਅਗਰ ਦੁਆ ਮੰਗਾਈ ਵੰਜੇ ਤਾਂ ਇਲਾਹੀ ਅਮੀਨ ਨਾ ਆਖੋ ਤਾਂ ਦੁਆ ਕਬੂਲ ਨਹੀਂ ਹੁੰਦੀ। ਹੁਸੈਨ ਦੀ ਮਜਲਿਸ ਜਿਹੜੀ ਦੁਆ ਨਹੀਂ ਨਾ ਕਬੂਲ ਹੋਣੀ, ਅਤੇ ਅੱਜ ਦੇ ਦਿਨ ਨਹੀਂ ਹੋਣੀ, ਉਹ ਮੁਹੰਮਦ ਦਾ ਰੋਜ਼ਾ ਨਾਪ ਕੇ ਵੀ ਨਹੀਂ ਹੋਣੀ। ਮੌਲਾ ਇਹ 10 ਦਿਨ ਦੀ ਫੋੜੀ ਵਿਛਾਈ ਸਾਦਾ ਦੀ ਕਬੂਲ ਫਰਮਾਵੇ। ਤੁਹਾਡਾ ਸਾਰਿਆਂ ਆਜ਼ਾਦਾਰਾਂ ਦਾ ਇਸ ਗਰਮੀ ਦੀ ਸ਼ਿੱਦਤ ਵਿੱਚ ਤੁਰ ਆਉਣਾ, ਰਸੂਲ ਦੇ ਪੁੱਤਰ ਨੂੰ ਪੁਰਸ ਦੇਣਾ ਸਹਿਣ ਕਬੂਲ ਫਰਮਾ। ਮੈਂ ਤੁਹਾਡੇ ਵਾਸਤੇ ਦੁਆ ਪੇ ਮੰਗਾਉਣਾ, ਦੁਆ ਜ਼ਰੂਰੀ ਹੈ। ਮੌਲਾ ਜਿੱਥੇ ਜਿੱਥੇ ਮੇਰੇ ਮੋਹਸਨ ਇਨਸਾਨੀਅਤ ਕਰਬਲਾ ਦੇ ਨਵਾਬ ਦਾ ਜ਼ਿਕਰ ਹੁੰਦਾ ਪਏ, ਉਹ ਲੋਕ, ਉਹ ਘਰ, ਉਹ ਬਾਰਗਾਹਾਂ ਆਬਾਦ ਉਹ ਸ਼ਾਦ ਰਹਿਣ। ਔਰ ਜਿੱਥੇ ਜਿੱਥੇ ਅੱਜ 10 ਮੁਹਰਮ ਮਨਾਈ ਜਾਈ ਹੋ ਰਹੀ ਹੈ, ਇਮਾਮ ਜ਼ਮਾਨਾ ਦੀ ਹਿਫਜ਼ ਅਮਾਨ 'ਚ ਹੋਵੇ। ਮਿਲ ਕੇ ਇੱਕ ਸੋਹਣੀ ਉੱਚੀ ਸਲਵਾਤ ਪੜਵਾ ਲਏ ਮੁਹੰਮਦ ਜੀ। أعوذ بالله من الشيطان الرجيم بسم الله الرحمن الرحيم حسنين دنان تسوني صلوات السلام تو وسلام ਮੁਅੱਤਰ ਕਰੋ ਦਰੂਦ ਦੇ ਨਾਲ, ਜਿਹੜਾ ਅਮਲ ਉਹ ਅੱਲਾ ਸਾਡੇ ਨਾਲ ਕਰ ਰਿਹਾ ਨਾ, ਉਹ ਅਮਲ ਸਾਨੂੰ ਛਿੱਕਾ ਨਹੀਂ ਕਰਨਾ ਚਾਹੀਦਾ। ਮਿਲ ਕੇ ਸਲਵਾਤ ਪੜਵਾ ਲੇ ਮੁਹੰਮਦ, ਵਾਲੇ ਤਯਬੀਨ ਤਾਓ ਹਰੀਨ ਅਲਮਾਸੂਮੀ وقال في شأن وما أرسلناك إلا رحمة للعالمين جڑا حسین بلاندے اڑی اچھی صلوات پڑھو بس تیری دھیاں دے پردے سلامت ہوں جس آج بھی نہیں نہ رونا وہ پھر اپنے مقدر نو آکھے ਮੈਂ ਮਿੰਬਰ 'ਤੇ ਖਲੋਤਾ ਵਾਂ ਇਸ ਮਿੰਬਰ ਦੀ ਕਸਮ ਏ ਅੱਜ ਦਾ ਦਿਨ ਕਿਸੇ ਜ਼ਾਕਰ ਮੌਲਵੀ ਦਾ ਮੁਹਤਾਜ ਨਹੀਂ ਮੈਂ ਤਾਂ ਵੈਸੇ ਵੀ ਮਲੰਗ ਆਦਮੀ ਹਾਂ ਜ਼ਾਕਰੀ ਕੋਈ ਦਾਵਾ ਨਹੀਂ ਇਹ ਸੁਬਾ ਸ਼ੁਰੂ ਹੋਈ ਮੁਸਲਮਾਨਾਂ ਦੀ ਮੁਹੰਮਦ ਦੇ ਪੁੱਤਰ ਨੇ ਜਨਾਜ਼ੇ ਚਾਣੇ ਸ਼ੁਰੂ ਕਰ ਦਿੱਤੇ ਮੈਂ ਨਹੀਂ ਆਖਣਾ ਤੇਰਾ ਪੱਥਰ ਦਾ ਦਿਲ ਏ ਮੈਂ ਨਹੀਂ ਆਖਣਾ ਉੱਠ ਕੇ ਪਿੱਟ ਮਾਤਮ ਕਰਨ ਦੇ ਜੁਮਲੇ ਮੈਨੂੰ ਨਹੀਂ ਆਉਂਦੇ ਜਿਹੜਾ ਇਤਨਾ ਯਾਦ ਕਰ ਲਵੇ ਨਾ ਕਿ ਥੋੜ੍ਹੀ ਜਿਹੀ ਦੇਰ ਦਾ ਮਹਿਮਾਨ ਰਹਿ ਗਿਆ ਬਤੂਲ ਦਾ ਬਚੜਾ ਉਹ ਵੁਜ਼ੂ ਕਰ ਲਿਆ ਸੀ ਵਹਿਣ ਪੜਨ ਲੱਗਾ ਮੇਰੇ ਬਜ਼ੁਰਗ ਜ਼ਵਾਰ ਨਬੀ ਬਖਸ਼ ਜੋਈਆ ਜ਼ਾਕਰ ਮਰਹੂਮ ਵਹਿਣ ਪੜਦੇ ਹਨ ਮੈਂ ਵਹਿਣ ਪੜਨ ਲੱਗਾ ਅਗਰ ਸਮਝ ਲਿਆ ਹੋਈ ਵੱਤ ਬਿਸਤਰ 'ਤੇ ਵੀ ਰੋਸੀ ਸਿਵਾਏ ਗਮੇ ਹੁਸੈਨ ਦੇ ਕੋਈ ਗਮ ਨਾ ਵੇਖੀ ਅਕਬਰ ਆਮ ਜਵਾਨ ਨਹੀਂ ਜਿਹੜੇ ਜਵਾਨ ਬੈਠੇ ਮੇਰੀ ਉਹਨਾਂ ਨਾਲ ਗੱਲ ਏ ਅਕਬਰ ਆਮ ਜਵਾਨ ਨਹੀਂ ਬਹੁ ਔਖ ਖਚਾਇਆ ਹੁਸੈਨ ਅਕਬਰ ਸਾਰੇ ਮੁਸਤਫਾਬਾਦ ਵਾਲਿਓ ਗਿਰਦੁਨਵਾਦ ਆ ਮਜਮਾ ਸਾਰੇ ਲਾਸ਼ਾਂ ਹੁਸੈਨ ਚਾਹੀਆਂ ਮੈਂ ਜੁਮਲਾ ਦੇਵਣ ਲੱਗਾ ਬੰਦੇ ਦਾ ਮੂੰਹ ਵੇਖ ਕੇ ਮਸਾਇਬ ਨਾ ਸੁਣਿਆ ਕਰ ਅਲੀ ਦੀਆਂ ਧੀਆਂ ਅਤੇ ਅਲੀ ਦੇ ਪੁੱਤਰਾਂ ਦੀ ਗੁਰਬਤ ਨੂੰ ਸੁਣ ਕੇ ਰੁਨਾ ਕਰ ਮੈਂ ਜੁਮਲਾ ਦੇਵਣ ਲੱਗਾ ਹਰ ਲਾਸ਼ ਹੁਸੈਨ ਚਾਹੀ ਲੇਕਿਨ ਜਦੋਂ ਨਾਨੇ ਦੀ ਸ਼ਕਲਾਂ ਵਾਲੇ ਪੁੱਤਰ ਆਖਿਆ ਨਾ ਮੈਂ ਲਹਿ ਗਿਆ ਹੁਸੈਨ ਦੀ ਕਮਰ ਝੁੱਕ ਗਈ ਅੱਖਾਂ ਦਾ ਨੂਰ ਖਤਮ ਹੋ ਗਿਆ ਮੈਂ ਵਹਿਣ ਪੜਨ ਲੱਗਾ ਬਜ਼ੁਰਗ ਪੜਦੇ ਨੇ ਪਹਿਲੇ ਬਰਛੀ ਸੀ ਨਾ ਖੋਲ ਦਿੱਤਾ
ਕੀਤਾ ਵਲ ਸ਼ਾਮੀ ਰੇਤ ਚ ਰੋਲ ਦਿੱਤਾ। ਮਾਤਮ ਦੀ ਤਿਆਰੀ ਕਰ, ਮਾਤਮ ਦੀ ਤਿਆਰੀ ਕਰ। ਮੈਂ ਬਜ਼ੁਰਗਾਂ ਦਾ ਵਹਿਣ ਪੜਨ ਲੱਗਾ। ਅਕਬਰ ਆਮ ਜਵਾਨ ਨੂੰ ਜ਼ੈਨੁਲ ਆਬਦੀਨ ਫਰਮਾਇਦ ਨੂੰ ਸਖਤ ਲਾਣਾ ਤੇ ਜਿਹੜਾ ਦੁਨੀਆ ਦੇ ਗਮ ਵਿੱਚ ਰੋਵੇ ਤੇ ਸਾਡੇ ਜ਼ਿਕਰ 'ਚ ਨਾ ਰੋਵੇ। ਬਲਕਿ ਅਕਬਰ ਦੀ ਸ਼ਹਾਦਤ ਜਦੋਂ ਪੜ੍ਹੀ ਹੋਜੇ, ਸੱਜਾਦ ਫਰਮਾਇਦ ਹਰ ਅਖਤ ਵਾਜਿਬ ਨਹੀਂ ਔਜਬੇ ਮੇਰੇ ਮਜ਼ਲੂਮ ਭਰਾ ਦੀ ਲਾਸ਼ ਨਸਾਇਬ ਵਿੱਚ ਰੋਣਾ। ਤੂੰ ਡਿੱਠਾ ਜੋ ਨਹੀਂ ਮੇਰੇ ਨਾਨੇ ਦੀਆਂ ਸ਼ਕਲਾਂ ਵਾਲਾ ਕਿੱਡਾ ਸੋਹਣਾ ਜੀ, ਤੇਰੀਆਂ ਧੀਆਂ ਦੇ ਪਰਦੇ ਸਲਾਮ। ਬਜ਼ੁਰਗ ਪੜ੍ਹਦੇ ਹੁੰਦੇ ਹਨ, ਪਹਿਲੇ ਬਰ ਖੋਲ ਵਾਲ ਸ਼ਾਮੀ ਰੇਤ ਚ ਰੋਲ ਦਿੱਤਾ ਜੈ ਕੂ ਸਾਲ ਅਠਾ ਰਾਮ ਬੁਰਖਿਆ ਵਿੱਚ ਜੈ ਕੂ। ਮਾਤਮ ਦੀ ਤਿਆਰੀ ਕਰ, ਮਾਤਮ ਦੀ ਤਿਆਰੀ ਕਰ। ਬੁਰਖਿਆ ਵਿੱਚ ਬੀਬੀ ਜ਼ੈਨ ਰੱਖਿਆ ਕਾਜ ਕਾਜ। ਬਜ਼ੁਰਗ ਪੜ੍ਹਦੇ ਹੁੰਦੇ ਆਣ ਵਾਦੇ ਹਨ, ਤਸਵੀਰ ਮੁਹੰਮਦ ਅਰਬੇ ਦੇਵਾ ਕਰ। ਮਾਤਮ ਦੀ ਤਿਆਰੀ, ਯਖ ਲਖ ਤੁਬਰਾ ਕੁੱਤ ਲੈ ਪਈ ਲਗੀ ਜ਼ਰਬ ਸ਼ਦੀਦ ਨਫੀਸ ਜਿਗਰ ਤੇ ਰਾਤ ਚਸ਼ਮਾ ਬਣ। ਮੈਂ ਅਕਬਰ ਪੜਾ ਮੁਸਤਫਾ ਬਾਦਲ ਤੂੰ ਚੁੱਪ ਕਰਕੇ ਬਵੇ, ਤੈਨੂੰ ਪਤਾ ਜੋ ਨਹੀਂ ਅਕਬਰ ਕਿਹੜਾ ਸੋਹਣਾ ਜਵਾਨ। ਬਜ਼ੁਰਗ ਵੈਣ ਪੜਦੇ ਹੁੰਦੇ ਹਨ, ਤਸਵੀਰ ਮੁਹੰਮਦ ਅਰਬੇ ਦੇਵਾ। ਮਾਤਮ ਦੀ ਤਿਆਰੀ ਕਰ, ਯਖ ਲਖ ਤੁਬਰਾ ਕੁੱਤ ਲੈ ਪਏ ਲਗੀ ਜ਼ਰਬ ਸ਼ਦੀਦ ਨਫੀਸ ਜਿਗਰ ਤੇ। ਮਾਤਮ ਕਰ ਯਾਰ, ਮਾ ਬਣ ਕੇ ਓ ਮਾ ਅਕਬਰ ਦੇ ਵੈਣ ਕੀਤਾ ਕਿਹੜਾ ਕਿਉਂ ਸੁਗਰਾ ਵਤਾਲ ਤੇਰਾ ਪਏ ਐ ਕੀਤਾ ਮੌਤ ਨੇ ਹਮਲਾ ਆਓ ਵੇਲੇ ਜਦਾ ਮਾਸ ਅਕਬਰ। ਮਾਤਮ ਕੋਈ ਉਬਾਲ ਨਹੀਂ, ਬੋਲੋ ਤੇਰੀ ਜਵਾਨੀ ਸਲਾਮਤ ਰੱਖ। ਮੈਂ ਲੱਖ ਵਾਰੀ ਪੜਾ ਹਰ ਸ਼ਹੀਦ ਹਰ ਦੀ ਲਾਸ਼ ਹੁਸੈਨ ਚਾਈ, ਲੇਕਿਨ ਅਕਬਰ ਦੀ ਲਾਸ਼ ਬੜੀ ਔਖੀ ਚਾਈ। ਤੇਰੀਆਂ ਧੀਆਂ ਦੇ ਪਰਦੇ ਸਲਾਮਤ। ਬਜ਼ੁਰਗ ਵੈਣ ਪਰਦੇ ਹਨ, ਤਸਵੀਰ ਮੁਹੰਮਦ ਅਰਬੇ ਦੇਵਾ ਯਖ ਲਖ ਤੁਬਰਾ ਲਗੀ ਜ਼ਰਬ ਸ਼ਦੀਦ। ਅਗਰ ਅੱਜ ਵੀ ਨਹੀਂ ਰੋਣਾ ਤਾਂ ਕਦੋਂ ਰੋਣਾ ਜੀ? ਜਿਗਰ ਤੇ ਰਾਤ ਚਸ਼ਮਾ ਬਣ ਓ ਮਾ ਅਕਬਰ ਦੀ ਵੈਣ ਕੀ ਕਿਉਂ ਸੁਰਾ ਵਤਾਲ ਤੇਰਾ ਕਰ। ਮਾਤਮ ਕੀਤਾ ਮੌਤ ਨੇ ਹਮਲਾ ਆਓ ਵੇਲੇ ਜਦਾ ਮਾਸ ਅਕਬਰ। ਮੁਸਤਫਾ ਬਾਦਲ ਜਿਸ ਅੱਜ ਵੀ ਨਹੀਂ ਰੋਣਾ ਵਾ ਮਾਫ਼ੀ ਮੰਗ, ਜਿਸ ਅੱਜ ਵੀ ਨਹੀਂ ਰੋਣਾ ਤੇਰੀਆਂ ਧੀਆਂ ਦੇ ਪਰਦੇ ਸਲਾਮਤ ਹੋਣ। ਜਦੋਂ ਅਕਬਰ ਆਖਿਆ ਬਾਬਾ ਮੈਂ ਲੈ ਗਿਆ, ਜਦੋਂ ਅਕਬਰ ਆਖਿਆ ਨਾ ਮੈਂ ਲੈ ਗਿਆ, ਮੈਂ ਕਦੀ ਸਾਦਾਤ ਦੀ ਤੋਹੀਨ ਨਹੀਂ ਪੜੀ। ਹੁਸੈਨ ਮੇਰੇ ਬਜ਼ੁਰਗਾਂ ਦੇ ਜੁਮਲੇ ਨੇ, ਜਦੋਂ ਅਕਬਰ ਆਖਿਆ ਨਾ ਮੈਂ ਲੈ ਗਿਆ, ਹੁਸੈਨ ਏਡੀ ਜਲਦੀ ਨਾਲ ਉੱਠਿਆ, ਸੱਤ ਵਾਰੀ ਤੰਬੂ ਨਾਲ ਲੜ ਕੇ ਜਾਣ ਕੇ ਜ਼ਮੀਨ 'ਤੇ ਡਿੱਗੇ, ਮੇਰਾ ਇਮਾਮ ਜ਼ਮੀਨ 'ਤੇ ਝੜੇ, ਅੱਖਾਂ ਦਾ ਨੂਰ ਗੁੰਮ ਹੋ ਗਿਆ। ਹੁਸੈਨ ਜੋ ਜਿਹੜਾ ਸ਼ਾਮੀ ਮਿਲਿਆ, ਜਿਹੜਾ ਅਜੇ ਤੱਕ ਵੀ ਬੂਝ ਨੂੰ ਕਰ ਸੰਗਿਆ, ਹੁਸੈਨ ਨੂੰ ਜਿਹੜਾ ਸ਼ਾਮੀ ਮਿਲਿਆ, ਮੇਰਾ ਮਾਂ ਪੁੱਛਿਆ ਕੈਂ ਡਿੱਠਾ ਹੋਵੇ ਕਰ। ਮਾਤਮ ਮੈਡੇ ਅਕਬਰ ਕੋ ਮਸਜਿਦ ਅਕਸਾ ਤੂੰ ਕਰ। ਮਾਤਮ ਕਰ, ਮਾਤਮ ਕਦੋਂ ਕਰਨਾ ਜੀ? ਮਾਤਮ ਕਦੋਂ ਕਰਨਾ ਜੀ? ਮਾਤਮ ਅੱਜ ਰੋਵਣ ਦਾ ਦਿਨ ਨਹੀਂ, ਅੱਜ ਰੋਵਣ ਦਾ ਰੋ ਲਏ। ਅਕਬਰ ਬੜਾ ਵੱਡਾ ਮਜ਼ਲੂਮ ਹੈ। ਮੈਂ ਅੱਗੇ ਗੁਜ਼ਾਰਿਸ਼ ਕੀਤੀ, ਹੁਸੈਨ ਕਿਸੇ ਦੀ ਲਾਸ਼ 'ਤੇ ਅੱਖਾਂ ਦਾ ਨੂਰ ਖਤਮ ਨਹੀਂ ਹੋਇਆ। ਜਦੋਂ ਪੁੱਤਰ ਆਖਿਆ ਨਾ ਮੈਂ ਲੈ ਗਿਆ, ਉਦੋਂ ਹੁਸੈਨ ਦੀਆਂ ਅੱਖਾਂ ਦਾ ਨੂਰ ਗੁੰਮ ਹੋ ਗਿਆ। ਮੇਰਾ ਮੌਲਾ ਨੂੰ ਜਿਹੜਾ ਸ਼ਾਮੀ ਮਿਲਿਆ, ਮੇਰਾ ਮੌਲਾ ਪੁੱਛਿਆ ਕੈਂ ਡਿੱਠਾ ਹੋਵੇ
ਸਾਡੇ ਅਕਬਰ ਕੋ ਮਸਜਿਦ ਅਕਸਾ ਤੋ ਲਾਲਾ ਇੰਜ ਨਾ ਲਹੜਾਵੋ ਜਿਵੇਂ ਉਮਤ ਲਹਾਇਆ ਮੇਰਾ ਜਿਥਵਾ ਸੈਯਦਾ ਦਿਓ ਮੈਂ ਵਿੱਚ ਦੁਨੀਆ ਦੇ ਮਰਕਜ਼ ਔਲਾਦ ਦਰਦਾਰ ਮੇਰੀ ਮਜ਼ਲੂਮੇ ਕੋ ਦੇਖੋ ਮੈਂ ਕੋ ਅਕਬਰ ਨਜ਼ਰ ਜਿਹੜਾ ਜਵਾਨ ਬੈਠੇ ਹੋ ਮੁਸਤਫਾ ਬਾਦ ਵਾਲਿਓ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਦਾ ਮਸਾਇਬ ਸੁਣਦੇ ਹੋ ਜਿਹੜਾ ਅੱਜ ਦੇ ਦਿਨ ਵੀ ਨਹੀਂ ਰੋ ਸੰਗਿਆ ਵਾ ਆਪਣੇ ਮੁਕੱਦਰ ਨੂੰ ਆ ਕੇ ਤੇਰੀਆਂ ਧੀਆਂ ਦੇ ਪਰਦੇ ਸਲਾਮਤ ਹੁਸੈਨ ਔਖ ਜੋ ਸੁੱਖ ਪੁੱਤਰ ਦੇ ਕੋਲ ਪਹੁੰਚੇ ਮੈਂ ਨਹੀਂ ਪੜ੍ਹਦਾ ਕਿਵੇਂ ਆਪਣੇ ਹੈ ਅੱਜ ਰੋਲਾ ਮੰਗ ਲੈ ਜ਼ਾਰਾ ਦੀਆਂ ਧੀਆਂ ਕੋਲੋਂ ਅੱਜ ਰੋਵਣ ਦਾ ਦਿਨ ਨਹੀਂ ਅੱਜ ਮੰਗ ਲੈ ਬਤੂਲ ਦੀਆਂ ਧੀਆਂ ਕੋਲੋਂ ਹੁਸੈਨ ਔਖ ਜੋ ਸੁੱਖ ਪੁੱਤਰ ਦੇ ਕੋਲ ਆਪਣੇ ਦੋ ਮਾਵਾਂ ਦੀ ਝੋਲੀ ਉਜਾੜੀ ਅਲੀ ਅਕਬਰ ਨੇ ਹੁਸੈਨ ਔਖ ਜੋ ਸੁੱਖ ਪੁੱਤਰ ਦੇ ਕੋਲ ਪਹੁੰਚੇ ਅਕਬਰ ਦੀ ਕਿਹੜੀ ਹਾਲਤ ਹੈ ਇੱਕ ਹੱਥ ਮੱਥੇ 'ਤੇ ਦੂ ਹੱਥ ਸੀਨੇ 'ਤੇ ਜਿਹੜੇ ਲਫ਼ ਸੁਣ ਕੇ ਰੋਂਦੇ ਹੋ ਮੇਰੇ ਇਮਾਮ ਦੀ ਆਵਾਜ਼ ਹੀ ਅੱਜ ਵਾਕਈ ਐਡਾ ਗਰੀਬ ਹੋ ਗਿਆ ਅੱਗੇ ਆਵਾਂ ਦੋ ਹੱਥਾਂ ਨਾਲ ਸਲਾਮ ਕਰੇਨਾ ਹੈ ਅੱਜ ਇੱਕ ਹੱਥ ਨਾਲ ਸਲਾਮ ਇੱਕ ਸੀਨੇ 'ਤੇ ਮੇਰੇ ਮੌਲਾ ਦੀ ਆਵਾਜ਼ ਹੀ ਬਾਬਾ ਜਿਸ ਕਮੀਨੇ ਮੇਰੇ ਸੀਨੇ ਜ਼ੁਲਮ ਕੀਤਾ ਨਾ ਉਸ ਨੇਜ਼ਾ ਬੰਨ ਛੋੜਿਆ ਕਮੀਨੇ ਦਾ ਬੱਚਾ ਦਾ ਮੈਂ ਸੁਣਿਆ ਹੁਸੈਨ ਬਹੁ ਵੱਡਾ ਸਾਬਿਰ ਜਵਾਨ ਪੁੱਤਰ ਦੇ ਸੀਨੇ 'ਚੋਂ ਬਲ ਬੱਛੀ ਦਾ ਫਲ ਕੱਢੇ ਸੀ ਮੈਂ ਮਨ ਵੈਸਾ ਮੇਰੇ ਮਾਮ ਦੀ ਆਵਾਜ਼ ਅਕਬਰ ਤੇਰੀ ਕਿਆ ਮਨਸ਼ਾ ਹੈ ਜਿਹਨਾਂ ਜੁਮਲਿਆਂ ਵਾਸਤੇ ਮੁਸਤਫਾ ਬਾਦਲ ਮੈਂ ਮਿਹਨਤ ਕਰਾਂ ਦੀ ਮੇਰੇ ਮੌਲਾ ਦੀ ਆਵਾਜ਼ ਅਕਬਰ ਤੇਰੀ ਕਿਆ ਮਨਸ਼ਾ ਹੈ ਆਵਾਜ਼ ਆਈ ਬਾਬਾ ਨਾ ਤੂੰ ਦਾਦਾ ਇਬਰਾਹੀਮ ਹੈ ਨਾ ਮੈਂ ਦਾਦਾ ਇਸਮਾਈਲ ਹਾਂ ਉਦੋਂ ਕਰਬਲਾ 'ਚ ਕਿਹੜੀ ਹਾਲਤ ਹੈ ਆਦਮ ਤੂੰ ਲੈ ਕੇ ਮੁਸਤਫਾ ਦੀ ਕਤਾਰ ਲੱਗੀ ਹੋਈ ਹੈ ਜਲਦੀ ਦੇ ਨਾਲ ਇਬਰਾਹੀਮ ਇਸਮਾਈਲ ਦਾ ਦਾਮਨ ਨਾ ਕਿਹਾ ਆ ਵਜਾਂ ਇਹ ਹੋਰ ਕਰ ਮਾਤਮ ਦੀ ਤਿਆਰੀ ਕਰ ਮਾਤਮ ਦੀ ਤਿਆਰੀ ਮੇਰੇ ਮੌਲਾ ਦੀ ਆਵਾਜ਼ ਹੀ ਤੇਰੀ ਕਿਆ ਮਨਸ਼ਾ ਹੈ ਅਕਬਰ ਦੀ ਆਵਾਜ਼ ਹੀ ਬਾਬਾ ਜਿਵੇਂ ਮਰਜ਼ੀ ਹੈ ਖੱਡ ਹੁਣ ਮੁਸਤਫਾ ਆਬਾਦ ਵਾਲੇ ਸਖ਼ ਦਿਲ ਦਾ ਮੈਂ ਜ਼ਾਮਿਲ ਨਹੀਂ ਹੁਸੈਨ ਨੇ ਸੱਜਾ ਜ਼ਾਨੂ ਅਕਬਰ ਦੇ ਸੀਨੇ 'ਤੇ ਰੱਖੇ ਇਵੇਂ ਬਰਛੀ 'ਚ ਹੱਥ ਪਾਏ ਇਵੇਂ ਬਰਛੀ ਜਾਤ ਪਾਏ ਹੁਸੈਨ ਅਜੇ ਬਰਛੀ ਨੂੰ ਹਲਾਇਆ ਹੀ ਹੈ ਜੋ ਅਕਬਰ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਮੇਰੇ ਵੱਲ ਵੇਖਣਾ ਮੈਂ ਮਸਾਇਬ ਪਿਆ ਪੜਦਾ ਹੁਸੈਨ ਅਕਬਰ ਦੀ ਬਰਛੀ 'ਚ ਹੱਥ ਪਾਏ ਹੱਥ ਪਾ ਕੇ ਕੱਢਣ ਦਾ ਕੋਸ਼ਿਸ਼ ਕੀਤੀ ਹੈ ਐਵੇਂ ਅਕਬਰ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਹੁਸੈਨ ਦੀ ਆਵਾਜ਼ ਹੀ ਅੱਖਾਂ ਬੰਦ ਨਾ ਕਰ ਅੱਖਾਂ ਬੰਦ ਨਾ ਕਰ ਅਕਬਰ ਮੈਂ ਖਿਆਮ 'ਚ ਵਾਅਦਾ ਕਰਾਇਆ ਮੈਂ ਨਹੀਂ ਪੜ੍ਹਦਾ ਮੁਸਤਫਾ ਬਾਦਲ ਨੂੰ ਬੜੀ ਔਖੀ ਬਰਛੀ ਹੁਸੈਨ ਪੁੱਤਰ ਦੇ ਸੀਨੇ 'ਚੋਂ ਕੱਢੀ ਜਿਨ੍ਹਾਂ ਨੂੰ ਲਫ਼ਜ਼ ਨਾਲ ਪਿਆਰ ਹੈ ਮੇਰੇ ਵੱਲ ਵੇਖਣਾ ਹੁਸੈਨ ਔਖ ਜੋ ਸੌਖਾ ਬਰਛੀ ਕੱਢੀ ਹੁਸੈਨ ਦੀ ਆਵਾਜ਼ ਹੀ ਮੈਂ ਫਿਰਾਵਾਂ ਦੀ ਮੌਤ ਦਾ ਮੁਕਿਆ ਮੈਂ ਪੁੱਤਰਾਂ ਦੀ ਮੌਤ ਦਾ ਮੁਕਿਆ ਵਾਂ ਮੈਂ ਬਦਰੀਆਂ ਦੀ ਮੌਤ ਦਾ ਮੁਕਿਆ ਮੈਂ 58 ਸਾਲਾਂ ਦਾ ਤੂੰ 18 ਸਾਲਾਂ ਦਾ ਹੈ ਮੇਰੇ ਵੱਲ ਵੇਖ ਕੁਝ ਮੈਂ ਕੋਸ਼ਿਸ਼ ਕਰੇ ਨਾ ਤੁਝ ਕੁਝ ਤੂੰ ਕੋਸ਼ਿਸ਼ ਕਰ ਮੈਂ ਤੈਨ ਚਾਹਨਾ ਉਹ ਮੁਸਤਫਾ ਆਬਾਦ ਨੇ ਪੁੱਤਰ ਨੂੰ ਹੁਸੈਨ ਚਾਹਿਆ ਮੈਂ ਅਗਲੇ ਲਫ਼ਜ਼ ਬੜੇ ਔਖੇ ਪੜ੍ਹਨੇ ਮੇਰੇ ਵੱਲ ਵੇਖੋ ਮੈਂ ਅਕਬਰ ਪੜ੍ਹਦਾ ਪਿਆ ਬੰਦੇ ਆਉਂਦੇ ਰਾਸਨ ਮੇਰੇ ਵੱਲ ਵੇਖੋ ਅਕਬਰ ਨੂੰ ਔਖਾ ਜੋ ਸੌਖਾ ਹੁਸੈਨ ਚਾਹੇ ਚਾਹ ਕੇ ਬੜਾ ਮਨਜ਼ੂਰੀ ਵਾਲਾ ਵਹਿਣ ਹੈ ਜਿਹੜਾ ਮੈਂ ਪੜ੍ਹਨ ਲੱਗਾ ਚਾਹ ਕੇ ਮੇਰਾ ਇਮਾਮ ਤੁਰੇ ਅਕਬਰ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਹੁਸੈਨ ਦੀ ਆਵਾਜ਼ ਹੀ ਅੱਖਾਂ ਬੰਦ ਨਾ ਕਰ ਮੈਂ ਵਾਅਦਾ ਕਰ ਰਿਹਾ ਜੀਂਦਾ ਲਿਆ ਸਾਂ ਜਦੋਂ ਵੇਖੇ ਨਾ ਅਕਬਰ ਦੀਆਂ ਅੱਖਾਂ ਬੰਦ ਹੋਣੀ ਹੁਸੈਨ ਜਲਦੀ ਨਾਲ ਚਾਦਰ ਲੜਾ ਲੈ ਖਿਆਮਲ ਵੇਖ ਕੇ ਮੇਰੇ ਮਾਮ ਗੱਲ ਕੀਤੀ ਸੈਯਦਾ ਦਾ ਜੈ ਦੇਖਣਾ ਹੋਵੇ ਮਾਤਮ ਦੀ ਤਿਆਰੀ ਕਰ ਮੇਰੇ ਨਾਨੇ ਕੋ ਆਓ ਜਲਦੀ ਦੇਰ ਨਾਲਾ ਮਾਤਮ ਕਰ ਮਾਤਮ ਓ ਮੇਰਾ ਦਾੜੀ ਲਾਹਦਾ ਹੁਣ ਨਹੀਂ ਬਚਦਾ ਇਹਦੀ ਤਾ ਤੁਲ ਕਰ ਲੈ ਮਾਤਮ ਅੱਜ ਰੋਵਣ ਦਾ ਦਿਲ ਨਹੀਂ ਹੁਸੈਨ ਦੀ ਆਵਾਜ਼ ਆਈ ਤੇਰੀਆਂ ਧੀਆਂ ਦੇ ਪਰਦੇ ਸਲਾਮਤ ਮੇਰੇ ਮਾਂ ਜਦੋਂ ਇਹ ਗੱਲ ਕੀਤੀ ਹੁਸੈਨ ਦੀ ਆਵਾਜ਼ ਆਈ ਜੈ ਦੇਖਣਾ ਹੋਵੇ ਮੇਰੇ ਨਾਨੇ ਕੋ ਹੁਣ ਨਹੀਂ ਬਚਦਾ ਇਹਦੀ ਤਾਂ ਤੁਲਹਨਾ ਸੈਯਦਾ ਦਿਓ
ਯਤਰਾ ਭੈਣੇ ਮੇਰੇ ਕੋ ਲਾਭ ਮੈਂ ਕੋ ਪੁੱਤਰ ਕਿਤੇ ਕਰਮਾਤਮ ਆਓ ਨਹੀਂ ਦਿਲ ਸਾਂਦਾ ਓ ਮੈਂ ਕੰਡ ਕਰ ਬਾਂਦਾ ਤੁਸਾਂ ਹੱਥ ਤੇ ਪੈ ਮੁਸਤਫਾ ਬਦਲ ਹੁਸੈਨ ਔਖਾ ਜੋ ਸੁੱਖ ਅਕਬਰ ਚਾਕ ਖਿਆਮ ਕਰਮਾਤਮ ਕਰਮਾਤਮ ਬੀਬੀਆਂ ਪੱਥਰਾਂ ਦਾ ਮਾਤਮ ਕੀਤਾ ਕੋਈ ਆਦੀ ਹੈ ਬਰਬਾਦ ਮਦੀਨਾ ਕੋਈ ਆਦੀ ਹਾਏ ਸੁੰਝ ਮਦੀਨਾ ਕੋਈ ਆਦੀ ਹਾਏ ਅੱਬਾਸ ਦੇ ਬਾਜ਼ੂ ਕੋਈ ਆਦੀ ਹਾਏ ਕਾਸਿਮ ਦੇ ਟੁਕੜੇ ਕੋਈ ਆਦੀ ਹਾਏ ਅਕਬਰ ਦਾ ਸੀਨਾ ਮੇਰੀ ਸਹਿਣ ਜਿਹੜਾ ਅਜੇ ਤੱਕ ਵੁਜ਼ੂ ਨੂੰ ਕਰ ਸੰਗਿਆ ਮੇਰੀ ਸਹਿਣ ਟੁਰਦੀ ਟੁਰਦੀ ਬਾਬੇ ਦੇ ਕੋਲ ਆਏ ਮੇਰੀ ਸਹਿਣ ਅਸਗਰ ਦੀ 4.5 ਸਾਲਾਂ ਦੀ ਬੁੱਢੜੀ ਭੈਣ ਰੋਲਾ ਕਦਰ ਹੋਣਾ ਹੀ ਰੋਲਾ ਤੈਨ ਅਗਲਾ 10 ਮੁਹਰਮ ਪਤਨੀ ਨਸੀਬ ਹੋਣਾ ਕਿ ਨਹੀਂ ਹੋਣਾ ਮੈਨੂੰ ਹੋਣਾ ਕਿ ਨਹੀਂ ਹੋਣਾ ਰੋਲਾ ਅੱਜ ਵੀ ਨਹੀਂ ਰੋਣਾ ਤਾਂ ਕਿਹੜੇ ਦਿਨ ਰੋਣਾ ਹੀ ਸਾਡਾ ਹਿਕ ਮਾਰ ਵੰਜੇ ਅਸੀਂ ਰੋਂਦੇ ਹਾਂ ਹੁਸੈਨ ਦੇ ਦਰਵਾਜ਼ੇ 72 ਜਨਾਜ਼ਾ ਪਿਆ ਕਦੋਂ ਰੋਣਾ ਹੀ ਕਦੋਂ ਰੋਣਾ ਹੀ ਰੱਜ ਕੇ ਮੁਕਾਣ ਦੇ ਜਦੋਂ ਮੇਰੀ ਸਹਿਣ ਸਕੀਨਾ ਟੁਰਦੀ ਟੁਰਦੀ ਬਾਬੇ ਦੇ ਕੋਲ ਆਈ ਮੈਂ ਬੜਾ ਮਨਜ਼ੂਰੀ ਵਾਲਾ ਵੈਣ ਪੜਨ ਲੱਗਾ ਬੀਬੀ ਟੁਰਦੀ ਟੁਰਦੀ ਕੋਲ ਆਈ ਲੇਕਿਨ ਉਸ ਤੋਂ ਪਹਿਲੇ ਅਮਰਾਉਲ ਕੈਸ ਦੀ ਧੀ ਕੋਲ ਆਈ ਮੇਰੀ ਸਹਿਣ ਰੁਬਾਬ ਦੀ ਆਵਾਜ਼ ਆਈ ਹੁਸੈਨ ਇਜਾਜ਼ਤ ਇੱਕ ਜਵਾਨ ਪੁੱਤਰ ਦੀ ਲਾਸ਼ 'ਤੇ ਵੈਣ ਮੈਂ ਕਰਾਂ ਕਰ ਕਰ ਮਾਤਮ ਕਰ ਕਰ ਤਿਆਰੀ ਕਰ ਤਿਆਰੀ ਕਰ ਮੈਂ ਅਕਬਰ ਪੜਾ ਤੂੰ ਚੁੱਪ ਕਰਕੇ ਬਵੇਂ ਤੂੰ ਅਕਬਰ ਡਿੱਠਾ ਜੋ ਨਹੀਂ ਸੱਜਾਦ ਫਰਮਾਇਂਦਾ ਤੂੰ ਡਿੱਠਾ ਜੋ ਨਹੀਂ ਕਿਹੜਾ ਸੋਹਣਾ ਮੇਰੇ ਨਾਨੇ ਦੀਆਂ ਸ਼ਕਲਾਂ ਵਾਲਾ ਵੀਰਨ ਅਕਬਰ ਕੋਈ ਜੰਗਤ ਖਲਣ ਜੋਗਾ ਹੀ ਅਕਬਰ ਕੋਈ ਮਰਾਵਣ ਜੋਗਾ ਹੀ ਵਾਹ ਹੁਸੈਨ ਦਾ ਸਬਰ ਏ ਵਾਹ ਹੁਸੈਨ ਦੀ ਮੰਜ਼ਲ ਏ ਜਦੋਂ ਮੇਰੀ ਸੈਨ ਰੁਬਾਬ ਪੁੱਤਰ ਦੀ ਲਾਸ਼ 'ਤੇ ਆਈ ਅਕਬਰ ਦਾ ਸੀਨਾ ਚੁੰਮਿਆ ਅਤੇ ਜਿਹੜੀ ਅਮਰਾਉਲ ਕੈਸ ਦੀ ਧੀ ਗੱਲ ਕੀਤੀ ਹੈ ਮੇਰੀ ਜਵਾਨਾਂ ਨਾਲ ਗੱਲ ਜਿਹੜੇ ਜਵਾਨ ਬੈਠੇ ਅਕਬਰ ਦੀ ਅਸਗਰ ਦੀ ਮਾਂ ਜਿਹੜੀ ਗੱਲ ਕੀਤੀ ਬੀਬੀ ਆਦੀਏ ਤੈ ਕੁਬਰ ਛੀ ਲੱਗਣ ਦਾ ਕਰ ਮਾਤਮ ਆ ਮੁੱਲ ਪਾਉਂਦਾ ਵਾ ਆ ਹੁੰਦਾ ਅਸਗਰ ਪੁੱਤਾ ਕਰ ਮਾਤਮ ਕਰ ਮਾਤਮ ਕਰ ਮਾਤਮ ਮੈਂ ਲੱਖ ਵਾਰੀ ਪੜਾ ਕੋਈ ਬਾਲ ਨਹੀਂ ਲੱਖ ਵਾਰੀ ਅੱਜ ਰੋਲ ਹੈ ਅੱਜ ਆਖਰੀ ਦਿਨ ਨਹੀਂ 10 ਮੁਹਰਮ ਦਾ ਰੋਲ ਹੈ ਅੱਲਾ ਜਾਣੇ ਜ਼ਿੰਦਗੀ 'ਚ 10 ਮੁਹਰਮ ਵੱਧ ਸਾਲ ਨਸੀਬ ਹੋ ਸੀ ਕਿ ਨਾ ਉਸੀ ਬੀਬੀ ਰੁਬਾਬ ਅਕਬਰ ਦੀ ਲਾਸ਼ 'ਤੇ ਆਈ ਮੇਰੀ ਸੈਨ ਦੀ ਆਵਾਜ਼ ਆਈ ਤੈ ਕੁਬਰ ਛੀ ਲੱਗਣ ਦਾ ਮੁੱਲ ਪਾਉਂਦਾ ਵਾ ਹੁੰਦਾ ਅਕਬਰ ਪੁੱਤਾ ਮਾਤਮ ਕਰ ਤੇਰੀ ਮਾਂ ਉਹ ਚੜੇ ਦੇ ਐ ਅਗਲੀ ਗੱਲ ਬੜੀ ਔਖੀ ਮੁਸਤਫਾ ਬਾਦਾ ਲਿਓ ਅਸੀਂ ਹਸ਼ਰ ਤੜੀ ਓ ਮੈਂ ਕੁਨਾ ਡਸ ਆਪਣੇ ਕਾਤਿਲ ਦਾ ਮੈਂ ਵਹਿੰਦੀ ਆ ਵਿੱਚ ਮਹਿਦਾਲ ਅੱਜ ਕਾਮਯਾ ਸੀ ਓ ਜਿਹੜਾ ਦਾਜ ਦੇ ਵਿੱਚ ਮੈਂ ਕੁ ਮਿਲਿਆ ਤੇ ਰਾਜ ਕੇ ਮੁਕਾਨ ਦੇ ਇੱਕ ਮੰਜ਼ਿਲ ਹੋਰ ਵਧਾ ਮੇਰਾ ਫਿਰਾਗ ਮੈਂ ਮਿੰਬਰ ਉਹਦੇ ਹਵਾਲੇ ਕਰਨ ਲੱਗਾ ਇਹ ਤਕੀਤਨ ਅਸਗਰ ਦੀ ਮਾਂ ਨੇ ਵੈਣ ਅਮਰਾਉਲ ਕੈਸ ਦੀ ਧੀ ਟੁਰੀ ਹੁਸੈਨ ਦੀ 4.5 ਸਾਲਾਂ ਦੀ ਬੁੱਢੜੀ ਧੀ ਅੱਗੇ ਆਈ ਆਦਿ ਅਗਰ ਬਾਬਾ ਇਜਾਜ਼ਤ ਹੋਏ ਰੋਲਾ ਰੋਲਾ ਅੱਜ ਦਾ ਦਿਨ ਨਹੀਂ ਆਈ ਰੋਣਾ ਹੀ ਅੱਜ ਦਾ ਦਿਨ ਜ਼ਾਕਰ ਦੇ ਬੰਦ ਸੁਣਾਉਣ ਦਾ ਮੁਹਤਾਜ ਨਹੀਂ ਇਕੱਲਾ ਬਹਿ ਕੇ ਸੋਚ ਕਿਵੇਂ ਹੁਸੈਨ ਲਾਸ਼ਾਂ 'ਚ ਆਈਆਂ ਹੋਣੀਆਂ ਤੇਰੀਆਂ ਧੀਆਂ ਦੇ ਪਰਦੇ ਹੋਣ ਰੱਜ ਕੇ ਮੁਕਾਣ ਦੇ ਰੱਜ ਕੇ ਮੁਕਾਣ ਦੇ ਮੌਲਾ ਰੂਹਾਨੀਅਤ ਵਾਲੀ ਮਜਲਸੇ ਸਦਾ ਦੀ ਫੂੜੀ ਵਿਛਾਈ ਕਬੂਲ ਫਰਮਾਵੇ ਅਕਬਰ ਦੀ ਅਸਗਰ ਦੀ ਮਾਂ ਟੁਰੀ 4.5 ਸਾਲਾਂ ਦੀ ਬੁੱਢੜੀ ਆਈ ਹੈ ਉਸ ਆਖਿਆ ਅਗਰ ਇਜਾਜ਼ਤ ਹੋਵੇ ਤਾਂ ਵੱਤ ਮੈਂ ਸੁਗਰਾ ਦੇ ਵੰਡੇ ਦੇ ਇੱਕ ਵੈਣ ਕਰਾਂ ਕਰਾਂ ਮੁਸਤਫਾ ਬਾਦਲ ਬੀਬੀ ਆਦੀਏ ਚਾਹਤ ਅਕਬਰ ਮਿਨ ਤਕਰ ਮਾਤਮ ਆਓ ਕਰੇਂਦੇ ਚਾਹਤ ਅਕਬਰ ਦਿਲ ਦਿਲ ਮੁਕਾਣ ਦੇ ਲੈ ਰੱਜ ਕੇ ਮੁਕਾਣ ਦੇ ਲਿਆ ਰੱਜ ਕੇ ਮੁਕਾਣ ਦੇ ਲਿਆ ਅੱਜ ਰੋਵਣ ਦਾ ਦਿਨ ਲਈ ਮੇਰੀ ਸੈਣ ਬਾਬੇ ਨੂੰ ਗੁਜ਼ਾਰਿਸ਼ ਕੀਤੀ ਹੱਥ ਬੰਨੇ ਨਸਕਰ ਦੀ ਭੈਣ ਰੋ ਕੇ ਆਦੀਏ ਚਾਹਤ ਅਕਬਰ ਦੇਸੇ ਲੈ ਤੋਂ ਕਰਿਆ ਮਿਹਨਤਾ ਕਰੇਂਦੇ ਆ ਹਾਂ ਜਿਥਾਏ ਜ਼ਖਾਵ ਮੰਨੇ ਜ਼ੇਦਾ ਆਓ ਥਾ ਬੋਸ
ਰਾਜ ਕੇ ਮੁਕਾਨ ਦੇ, ਰਾਜ ਕੇ ਮੁਕਾਨ ਦੇ, ਕੋਈ ਉਬਾਲ ਨਹੀਂ ਰਾਜ ਕੇ ਮੁਕਾਨ, ਮਕਸਦ ਰੋਵਣ ਨਾਲ, ਮਕਸਦ ਰੋਵਣ ਨਾਲ ਮੌਲਾ ਦਾ ਦਿਨ ਦੀ ਫੂੜੀ ਵਿਛਾਈ ਸਦਾ ਦੀ ਕਬੂਲ ਫਰਮਾਵੇ, ਹੁਸੈਨ ਦੀ ਮਾਂ ਤੁਹਾਡਾ ਟੁਰ ਆਇਆ ਕਬੂਲ ਫਰਮਾਵੇ। ਜਦੋਂ ਮੇਰੀ ਸਾਇਨ ਅਗਰ ਬੜਾ ਔਖਾ ਵੈਣ ਮੈਂ ਬਜ਼ੁਰਗਾਂ ਦਾ ਪੜ੍ਹਨ ਲੱਗਾ, ਜਦੋਂ ਮੇਰੀ ਸਾਇਨ ਜਨਾਬੇ ਸਕੀਨਾ ਨੇ ਦੂਸਰੀ ਗੱਲ ਕੀਤੀ, ਬੀਬੀ ਆਦੀਏ ਇਮਾਮੇ ਤੋ ਜ਼ਮਾਨੇ ਦਾ ਖੁਦਾ ਤੇ ਨਾ ਤੇ ਕੇ ਲਾਜ਼ਾ ਵਧਾ ਜ਼ਿੰਦਗੀ ਚਾਹੇ ਅਕਬਰ ਦੇ ਮੈਂ ਸੁਗਰਾ ਕਰਮਾ ਤੋਂ ਮੈਂ ਲੱਖ ਵਾਰੀ ਕੋਈ ਉਬਾਲ ਮਾਤਮ ਕਰ ਲੱਖ ਵਾਰੀ ਮੈਂ ਲੱਖ ਵਾਰੀ ਪੜਾ ਬੀਬੀ ਆਦੀ ਏ ਮਾਂ ਬੇ ਤੋ ਜ਼ਮਾਨੇ ਦਾ ਖੁਦਾ ਦੇ ਨਾ ਤੇ ਕੇ ਲਾਜ਼ਾ ਵਧਾ ਜ਼ਿੰਦਗੀ ਚਾਹੇ ਅਕਬਰ ਦੇ ਮੈਂ ਸੁਗਰਾ ਕੋ ਬੁਲੈਂਦੀ ਆ।